ਭਾਜੀ ਤੇ ਆ ਸਾਹਿਬ ਪਹਿਲੀ ਵਾਰ ਤੇ ਆਏ ਤੇ ਕਈ ਵਾਰ ਹੱਸ ਹੋ ਕੇ ਕਈਆਂ ਨੇ ਆਮ ਲੋਕਾਂ ਦੇ ਜਾਨਾਂ ਗਵਾ ਬੈਠੀਆਂ। ਇਹ ਜੀ ਰੋਡ ਦੇ ਉੱਤੇ ਟਰਾਲੇ ਜਿਹੜੇ ਲੱਗ ਜਾਂਦੇ ਆ ਇਹ ਹਾਦਸਿਆਂ ਦੇ ਜਿਹੜੇ ਸ਼ਿਕਾਰ ਬਣਦੇ ਆ। ਆਹ ਡੰਪ ਦੇ ਕਮ ਸੇ ਕਮ ਰੋਜ਼ ਤਿੰਨ ਚਾਰ ਟਰਾਲੇ ਇੱਥੇ ਲੱਗੇ ਹੁੰਦੇ ਆ। ਕਲੱਸਟਰ ਦੇ ਪਿੱਛੋਂ ਜਿਹੜੀਆਂ ਗੱਡੀਆਂ ਆਉਂਦੀਆਂ ਇਹਨਾਂ ਦੇ ਟੱਕਰ ਆਉਂਦੀਆਂ, ਕਈ ਆ ਹੋਏ ਆ। ਅੱਜ ਵੀ ਮੱਧਭਾਗੀ ਘਟਨਾ ਹੋਈ ਆ, ਦੋ ਬੰਦੇ ਮਰ ਗਏ ਇੱਕ ਜ਼ਖਮੀ ਆ, ਪਰ ਇਹ ਜਿਹੜਾ ਕਸੂਰਵਾਲ ਸਾਰਾ ਡੰਪ ਦਾ ਹੀ। ਤੁਹਾਨੂੰ ਕੀ ਲੱਗਦਾ ਜਿਹੜੀ ਪੰਜਾਬ ਪੁਲਿਸ ਇੱਥੋਂ ਦੀ ਪੁਲਿਸ ਵਾ ਰਹੀ ਇਹਨਾਂ ਟਿੱਪਰਾਂ ਨਾਲ ਜਿਹੜੀ ਕਾਰਵਾਈ? ਆਪਾਂ ਕਦੀ ਵੇਖੀ ਨਹੀਂ ਰੋਡ ਤੇ ਜੀ, ਆਪਾਂ ਨੇ ਕਦੀ ਵੇਖੀ ਕੋਈ ਚਲਾਨ ਤਲੂਨ ਕੋਈ ਨਹੀਂ, ਇੱਥੇ ਨਜਾਇਜ਼ ਲੱਗੇ ਰਹਿੰਦੇ ਆ ਟਰੱਕ। ਤੁਸੀਂ ਕੀ ਮੰਗ ਕਰਦੇ? ਮੰਗ ਕਰਦੇ ਆ ਵੀ ਜੇ ਰੋਡ ਤੇ ਟਰੱਕ ਵਾਰਾ ਲੱਗੇ ਇਹਨਾਂ ਨੂੰ ਨਾ ਖੜੇ ਹੋਣ ਦਿੱਤੇ ਜਾਣ, ਅਗਰ ਜਿਹਨਾਂ ਦੀਆਂ ਗੱਡੀਆਂ ਅਗਰ ਡੰਪ ਦੀਆਂ ਤੇ ਡੰਪ ਦੇ ਉੱਤੇ ਕਾਰਵਾਈ ਕੀਤੀ ਤੇ ਕਾਤੋਂ ਖਿਲਾਰਦੇ ਇੱਥੇ ਰੋਡ ਦੇ ਉੱਤੇ ਐਵੇਂ ਜੇ। ਅੱਜ ਦੀ ਸਵੇਰ ਦਾ ਟਾਈਮ ਸੀ, ਇਹ ਟਰੱਕ ਜਿਹੜਾ ਸੀ ਸੀਟ ਨਾਲ ਲੱਦਿਆ ਖੜਾ ਸੀਗਾ ਰੋਡ ਦੇ ਉੱਤੇ, ਅਤੇ ਪਿੱਛੋਂ ਇੱਕ ਟਰੱਕ ਆਇਆ ਉਹ ਸਿੱਧਾ ਹੀ ਇਹਦੇ ਵਿੱਚ ਵੱਜ ਗਿਆ। ਜਿਹੜਾ ਸੀਮਟ ਦਾ ਲੱਦਿਆ ਟਰੱਕ ਸੀ ਇਹਨੇ ਇੱਕਦਮ ਹੀ ਬ੍ਰੇਕ ਮਾਰ ਦਿੱਤੀ ਆ, ਜਿਹਦੇ ਵਿੱਚ ਪਿਛਲੇ ਟਰੱਕ ਵਾਲੇ ਦਾ ਡਰਾਈਵਰ ਅਤੇ ਕਨੀਨਰ ਦੋਵਾਂ ਦੀ ਮੌਤ ਹੋ ਗਈ ਮੌਕੇ। ਤੀਜਾ ਜਵਾਨ ਹੀ ਇੱਕ ਹੋਰ ਨਾਲ ਬੈਠਾ ਉਹ ਬਚ ਗਿਆ, ਉਹ ਹੋਸਪਿਟਲ ਗੁਰੂ ਨਾਨਕ ਹੋਸਪਿਟਲ ਗਿਆ। ਸਰ ਪਬਲਿਕ ਦਾ ਕਹਿਣਾ ਕਿ ਸਾਰੇ ਜਿਹੜੇ ਟਰਾਲੇ ਆ ਹਮੇਸ਼ਾ ਇੱਥੇ ਰੋਡ 'ਤੇ ਲੱਗੇ ਰਹਿੰਦੇ ਆ, ਕੀ ਕੋਈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਹਨਾਂ ਨੂੰ ਨਜਾਇਜ਼ ਤੌਰ 'ਤੇ? ਕਰੀਦੀ ਆ ਜੀ, ਆਪਾਂ ਤਾਂ ਸਾਡੀ ਹਾਈਵੇ ਵੀ ਚੱਲਦੀ ਆ, ਅਸੀਂ ਤਾਂ ਜਿਹੜਾ ਵੀ ਹੁੰਦਾ ਜੋ ਕਾਨੂੰਨੀ ਕਾਰਵਾਈ ਕਰ ਦਈਦੀ ਆ ਇਹਨਾਂ 'ਤੇ। ਇਹ ਪਰ ਟਰੱਕ ਡਰਾਈਵਰ ਤੁਹਾਨੂੰ ਪਤਾ ਹੀ ਆ, ਗਾਏ ਵਗਾਏ ਖਿਲਾਰ ਕੇ ਕਿਤੇ ਨਾ ਕਿਤੇ ਕੋਈ ਬਹਾਨਾ ਲਾ ਦਿੰਦਾ, ਮੈਂ ਚਾਹ ਪੀਣੀ ਆ, ਮੈਂ ਕੁਛ ਕਰਨਾ ਵਾ, ਪਰ ਜਦੋਂ ਸਾਨੂੰ ਕੋਈ ਪਤਾ ਲੱਗਦਾ ਆਪਾਂ ਕਾਰਵਾਈ ਕਰਦੇ। ਸਰ ਇਹ ਦੱਸੋ ਕਿ ਜਿਹੜੇ ਦੀ ਮੌਤ ਹੋਈ ਆ ਉਹਨਾਂ ਦੇ ਬਾਰੇ ਕੀ ਪਤਾ ਲੱਗਾ? ਜਿਹਨਾਂ ਉਹਨਾਂ ਦਾ ਮਾਲਕ ਆ ਰਿਹਾ ਜੀ ਗੰਗਾ ਨਗਰ ਤੋਂ, ਗੱਡੀ ਰਾਜਸਥਾਨ ਦੀ ਆ, ਅਜੇ ਉਹਨਾਂ ਬਾਰੇ ਕੋਈ ਕਲੀਅਰ ਨਹੀਂ ਹੋ ਰਿਹਾ ਨਾਵਾਂ ਦਾ ਵੀ ਨਾਂ ਕੀ ਆ ਉਹਨਾਂ ਦੇ, ਮਾਲਕ ਆ ਰਿਹਾ ਜੋ ਵੀ ਕਾਰਵਾਈ। ਸਰ ਆਹ ਜਿਹੜੀ ਗੱਡੀ ਇੱਥੇ ਖੜੀ ਆ ਜਿਹਦੇ ਮਤਲਬ ਕਾਰਨ ਇਹ ਹਾਦਸਾ ਵਾਪਰਿਆ ਵਾ, ਇਹਦੇ ਬਾਰੇ ਪਤਾ ਲੱਗਾ ਉਹ ਗੱਡੀ ਕਿੰਨਾ ਦੀ ਆ? ਇਹ ਗੱਡੀ ਇੰਨਾ ਪਤਾ ਲੱਗਾ ਜੀ ਇਹ ਰੋਪੜ ਦੀ ਆ। ਅੱਛਾ ਜੀ। ਹਾਂਜੀ, ਇਹਦੇ ਮਾਲਕ ਨਾਲ ਗੱਲ ਹੋਈ ਆ, ਉਹ ਕਹਿੰਦਾ ਡਰਾਈਵਰ ਦਾ ਮੈਂ ਕਰਕੇ ਜਾ ਕੇ ਕੰਪਨੀ ਤੇ ਜਾ ਕੇ ਦੱਸ ਦੇਣਾ ਮਾਲਕ ਦਾ। ਸਰ ਆਹ ਜਿਹੜਾ ਡੰਪ ਆ ਇੱਥੋਂ ਇਹ ਲੈਣ ਆਈ ਸੀ ਕੁਝ ਸੀਮਟ ਵਗੈਰਾ ਜਾਂ ਦੇਣ? ਛੱਡਣ ਆਈ ਸੀ ਡੰਪ ਤੇ। ਅੱਛਾ ਜੀ। ਹਾਂਜੀ, ਮਤਲਬ ਵੀ ਇਹ ਜਦੋਂ ਇਹਨਾਂ ਕੋਲ ਅੱਗੇ ਜਗ੍ਹਾ ਨਹੀਂ ਹੁੰਦੀ ਫਿਰ ਇਹ ਰੋਡ ਤੇ ਖਲਵਾੜ ਦਿੰਦੇ ਗੱਡੀਆਂ। ਸਰ ਇਹਨਾਂ ਨੇ ਕੋਈ ਕਾਰਵਾਈ ਡੈਂਪ ਤੇ ਹੋਊਗੀ ਕਿ ਜੇ ਤਾਂ ਕਾਨੂੰਨ ਦੀ ਪਾਲਣਾ ਕੀਤੀ ਹਾਈਵੇ ਤੇ ਅਸੀਂ ਨਹੀਂ ਲਾ ਸਕਦੇ? ਪਰ ਵੈਸੇ ਵੀ ਵੇਖਿਆ ਜਾਂਦਾ ਵੀ ਇੱਥੇ ਪਰਚਾ ਹੋਏਗਾ, ਇਹ ਤਾਂ ਪਰਚਾ ਦੇਵਾਂਗੇ ਆਪਾਂ ਜੀ, ਕਿਹਦੇ ਕਾਰਵਾਈ ਕਰਾਂਗੇ ਇੱਥੇ ਪਰਚਾ ਦੇਵਾਂਗੇ ਜੇ ਟਰੱਕ ਵਾਲੇ ਗੱਡੀਆਂ ਕਰਦੀ ਨਹੀਂ ਉੱਤੇ ਵਿੱਚ ਖੜਾ ਕਰਕੇ। ਜਿਹੜੀ ਗਲਤੀ ਦਾ ਜਿਹਦਾ ਜਿਹੜਾ ਡੈਂਪ ਆ ਜਿਹਨੇ ਖੜਵਾ ਦਿੱਤੇ ਤੇ ਪਾਰਕਿੰਗ ਵਾਸਤੇ ਕਿਹਾ ਵੀ ਤੇ ਖੜਾ ਦੇ, ਨਹੀਂ ਅਜੇ ਉਹਨਾਂ ਨਾਲ ਤੇ ਹੋਇਆ ਨਹੀਂ ਸੰਪਰਕ, ਅਜੇ ਤੇ ਬ੍ਰੇਕ ਹੀ ਮਾਰੀ ਆ ਲਿਆ ਕੇ ਮੋਟੇ ਤੇ इंडिया क्राइम न्यूज़ जुलम के